ਮਾਲਵੇ ਦੇ ਬਠਿੰਡਾ ਸ਼ਹਿਰ ਤੇ ਪਿੰਡ ਬਾਦਲ ਦੀ ਜੰਪਲ ਉਸ ਕੁੜੀ ਜਿਸਨੇ ਰਿਐਲਿਟੀ ਸ਼ੋਅ ਦੌਰਾਨ ਵਧੀਆ ਮੁਕਾਮ ਹਾਸਲ ਕੀਤਾ ਅਤੇ ਅੱਜ ਕਰੋੜਾਂ ਦਿਲਾਂ ਦੀ ਧੜਕਣ ਹੈ ਜਿਸਦਾ ਨਾਮ ਹੈ ਅਫਸਾਨਾ ਖਾਨ। ਤੁਸੀਂ ਸਭ ਨੇ ਅਫਸਾਨਾ ਖਾਨ ਦੇ ਬਹੁਤ ਸਾਰੇ ਗਾਣੇ ਸੁਣੇ ਹੋਣਗੇ, ਪਰ ਉਸਨੂੰ ਇੱਥੇ ਪਹੁੰਚਣ ਲਈ ਜਿੰਨਾ ਸਮਿਆਂ ਦਾ ਸਾਹਮਣਾ ਕਰਨਾ ਪਿਆ, ਅੱਜ ਅਸੀਂ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਦੇ ਉਹਨਾਂ ਪਲਾਂ ਤੋਂ ਜਾਣੂ ਕਰਵਾਉਂਦੇ ਹਾਂ। ਅਫਸਾਨਾ ਖਾਨ ਦਾ ਜਨਮ 1997 ਨੂੰ ਪਿਤਾ ਸ਼ੀਰਾ ਖਾਨ ਅਤੇ ਮਾਤਾ ਆਸ਼ਾ ਬੇਗਮ ਦੇ ਘਰ ਹੋਇਆ। ਪੰਜ ਭੈਣਾਂ ਇੱਕ ਭਰਾ ਦੀ ਭੈਣ ਅਫਸਾਨਾ ਖਾਨ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੀ ਮਾਂ ਨੂੰ ਲੋਕਾਂ ਦੇ ਘਰ ਵਿੱਚ ਕੰਮ ਕਰਦਾ ਦੇਖਦੀ ਤਾਂ ਉਸਦੇ ਮਨ ਵਿੱਚ ਆਉਂਦਾ ਕਿ ਉਹ ਆਪਣੀ ਮਾਂ ਲਈ ਕੁਝ ਅਜਿਹਾ ਕਰੇ ਕਿ ਉਸਨੂੰ ਲੋਕਾਂ ਦੇ ਘਰ ਵਿੱਚ ਕੰਮ ਨਾ ਕਰਨਾ ਪਏ। ਅਫਸਾਨਾ ਖਾਨ ਨੇ 12ਵੀਂ ਤੱਕ ਦੀ ਪੜ੍ਹਾਈ ਪਿੰਡ ਬਾਦਲ ਤੋਂ ਹੀ ਕੀਤੀ। ਗਾਇਕੀ ਉਸਨੂੰ ਵਿਰਾਸਤ ਵਿੱਚ ਮਿਲੀ। ਉਸਦੇ ਪਿਤਾ ਸਵਰਗਵਾਸੀ ਸ਼ੀਰਾ ਖਾਨ ਵੀ ਇੱਕ ਗਾਇਕ ਸਨ, ਜਿਨ੍ਹਾਂ ਦੀਆਂ 8 ਕੈਸਟਾਂ ਮਾਰਕੀਟ ਵਿੱਚ ਵੀ ਆਈਆਂ। ਸ਼ੀਰਾ ਖਾਨ ਦਾ ਰਿਸ਼ਤਾ ਕੁਲਦੀਪ ਮਾਣਕ ਦੇ ਘਰ ਨਾਲ ਵੀ ਦੱਸਿਆ ਜਾਂਦਾ ਹੈ। ਅਫਸਾਨਾ ਖਾਨ ਨੇ ਆਪਣੇ ਪਿਤਾ ਦੇ ਜਾਣ ਮਗਰੋਂ ਆਪਣੀ ਮਾਂ ਦਾ ਹੱਥ ਵਟਾਉਣ ਲਈ ਗਾਇਕੀ ਨੂੰ ਚੁਣਿਆ। 2012 ਵਿੱਚ PTC ਦੇ ਵੌਇਸ ਆਫ ਪੰਜਾਬ ਸ਼ੋਅ ਵਿੱਚ ਉਹਨਾਂ ਨੇ ਹਿੱਸਾ ਲਿਆ। ਉਸਦੀ ਗਾਇਕੀ ਨੂੰ ਕਾਫ਼ੀ ਪਸੰਦ ਵੀ ਕੀਤਾ ਗਿਆ। 2012 ਵਿੱਚ ਆਪਣੀ ਗਾਇਕੀ ਦਾ ਜ਼ੋਹਰ ਦਿਖਾਉਂਦੇ ਅਫਸਾਨਾ ਖਾਨ ਨੇ ਗਾਇਕੀ ਨੂੰ ਜਾਰੀ ਰੱਖਿਆ ਅਤੇ ਛੋਟੇ ਮੋਟੇ ਪ੍ਰੋਗਰਾਮ ਕਰਨ ਲੱਗੀ। 2017 ਵਿੱਚ ਅਫਸਾਨਾ ਖਾਨ ਨੇ ਰਾਈਜ਼ਿੰਗ ਸਟਾਰ ਵਿੱਚ ਪਾਰਟੀਸਪੇਟ ਕੀਤਾ, ਜਿਸਦੇ ਜੱਜ ਸਨ ਦਿਲਜੀਤ ਦੋਸਾਂਝ। ਅਫਸਾਨਾ ਖਾਨ ਦੀ ਜੁਗਣੀ ਸੁਣ ਕੇ ਦਿਲਜੀਤ ਦੋਸਾਂਝ ਨੇ ਅਫਸਾਨਾ ਖਾਨ ਦੇ ਪੈਰੀ ਹੱਥ ਲਾ ਕੇ ਉਸਨੂੰ ਗਲੇ ਲਾ ਕੇ ਹੋਰ ਤਰੱਕੀ ਕਰਨ ਦਾ ਆਸ਼ੀਰਵਾਦ ਵੀ ਦਿੱਤਾ। ਜੇ ਗਾਇਕੀ ਵਿੱਚ ਅਫਸਾਨਾ ਖਾਨ ਦੇ ਡੈਬਿਊ ਦੀ ਗੱਲ ਕਰੀਏ ਤਾਂ ਉਸਨੇ London 3 ਨਾਲ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ। ਜਾਨੀ ਵੇ ਜਾਨੀ, ਮੁੰਡੇ ਚੰਡੀਗੜ੍ਹ ਸ਼ਹਿਰ ਦੇ, ਬਲੈਕ ਨਾਈਟ, ਆਰਨੇਤ ਨਾਲ ਲੁਟੇਰੇ ਗਾਣਾ ਵੀ ਕੀਤਾ, ਜਿਸ ਗਾਣੇ ਨੇ ਅਫਸਾਨਾ ਖਾਨ ਦੀ ਗਾਇਕੀ ਦੇ ਚਰਚੇ ਕਰਵਾਏ। ਉਸੇ ਸਿੱਧੂ ਮੂਸੇਵਾਲੇ ਨਾਲ ਧੱਕਾ ਗਾਣਾ, ਚਾਹੇ ਉਹ ਲੀਕ ਹੋਇਆ ਪਰ ਅਫਸਾਨਾ ਖਾਨ ਦੀ ਗਾਇਕੀ ਨੂੰ ਸਿਖਰਾਂ ਤੱਕ ਪਹੁੰਚਾਇਆ। ਜਿੱਥੇ ਕਈਆਂ ਨੇ ਅਫਸਾਨਾ ਖਾਨ ਦੀ ਆਵਾਜ਼ ਨੂੰ ਗੁਰਲੇਜ਼ ਅਖਤਰ ਦੀ ਆਵਾਜ਼ ਨਾਲ ਮਿਲਾਇਆ, ਪਰ ਅਫਸਾਨਾ ਖਾਨ ਆਪਣੀ ਆਵਾਜ਼ ਦਾ ਦਮ ਰੱਖਦੀ ਹੈ। ਅੱਜ ਉਹ ਜਿਸ ਮੁਕਾਮ 'ਤੇ ਹੈ ਉਸ ਵਿੱਚ ਉਸਦੀ ਹੀ ਮਿਹਨਤ ਹੈ, ਉਸਦੀ ਮਦਦ ਕਿਸੇ ਨੇ ਨਹੀਂ ਕੀਤੀ। ਜੇ ਅੱਜ ਉਹ ਫੀਮੇਲ ਸਿੰਗਰ ਵਿੱਚ ਲੋਕਾਂ ਦੀ ਪਹਿਲੀ ਪਸੰਦ ਹੈ ਤਾਂ ਉਹ ਵੀ ਉਸਦੀ ਆਪਣੀ ਮਿਹਨਤ ਕਰਕੇ। ਅਫਸਾਨਾ ਖਾਨ ਨੇ ਇੱਕ ਵਾਰ ਕਿਹਾ ਵੀ ਸੀ ਕਿ ਅਗਰ ਉਹ 2019 ਵਿੱਚ ਫੇਮਸ ਨਹੀਂ ਹੁੰਦੀ ਤਾਂ ਉਹ ਗਾਇਕੀ ਛੱਡ ਦੇਗੀ। ਕਈ ਕਲਾਕਾਰਾਂ ਨੇ ਤਾਂ ਉਸਨੂੰ ਗਾਇਕੀ ਤੋਂ ਦੂਰ ਰਹਿਣ ਲਈ ਵੀ ਕਿਹਾ ਕਿ ਇਹ ਤੇਰੇ ਵਾਸ ਦੀ ਨਹੀਂ, ਪਰ ਇਨਸਾਨ ਦੀ ਮਿਹਨਤ ਅਤੇ ਜਜ਼ਬਾ ਕੀ ਨਹੀਂ ਕਰ ਸਕਦਾ, ਉਹ ਅਫਸਾਨਾ ਖਾਨ ਨੇ ਸਾਬਿਤ ਕਰ ਦਿੱਤਾ ਅਤੇ ਅੱਜ ਪੰਜਾਬ ਦੇ ਨਾਮੀ ਕਲਾਕਾਰਾਂ ਵਿੱਚ ਉਸਦਾ ਨਾਮ ਆਉਂਦਾ ਹੈ। ਜੇ ਤੁਸੀਂ ਵੀ ਅਫਸਾਨਾ ਖਾਨ ਦੇ ਫੈਨ ਹੋ, ਉਸਦੇ ਪਸੰਦੀਦਾ ਗਾਣੇ ਦੀਆਂ 2 ਸਤਰਾਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ।